ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਪੰਜਾਬ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਸਾੜਨ ਦੇ ਇਨਸੀਡੈਂਟਾਂ ਦੇ ਸਾਹਮਣੇ ਆਣਾ ਸ਼ੁਰੂ ਹੋ ਗਿਆ ਹੈ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਮੌਜੂਨੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਮਰਵਾ ਸਾਹਿਬ ਸਰ ਚੋਨੇ ਦੀ ਕਟਾਈ ਹੋ ਰਹੀ ਹੈ ਮੰਡੀਆਂ ਦੇ ਵਿੱਚ ਆhmad ਆਰੀ ਹੈ ਲਗਾਤਾਰ ਚੋਨੇ ਦੀ ਤੇ ਕਟਾਈ ਤੋਂ ਬਾਅਦ ਪ੍ਰਾਲੀ ਸਾੜਨ ਦੇ ਇਨਸੀਡੈਂਟ ਪੰਜਾਬ ਵਿੱਚ ਆਂਦੇ ਆ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਕਿ ਕਿਸਾਨ ਜਿਹੜੇ ਹੈਗੇ ਘਰ ਤੋਂ ਘਟ ਇਦਾਂ ਦੇ ਜਿਹੜੇ ਇਨਸੀਡੈਂਟ ਸਾਹਮਣੇ ਆਣ ਕਿਸਾਨ ਘਟ ਪ੍ਰਾਲੀ ਸਾੜਨ ਕਿਸ ਤਰ੍ਹਾਂ ਦੇ ਇਸ ਸਾਲ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਤੇ ਪੋਲੂਸ਼ਨ ਕੰਟਰੋਲ ਬੋਰਡ ਦੀ ਕੀ ਹਦਾਇਤਾਂ ਆ ਜਿਹੜੇ ਇਨਫੋਰਸਮੈਂਟ ਦੇ ਰੂਲ ਹੈ ਉਹ ਸਾਰੇ ਦੇ ਸਾਰੇ ਆਰਡਰਸ ਇਸ਼ੂ ਕਰ ਦਿੱਤੇ ਵਿਦ ਪਰਮਿਸ਼ਨ ਆਫ ਦ ਗਵਰਨਮੈਂਟ ਬਾਕੀ ਜਿਹੜਾ ਤੁਸੀਂ ਕਿਹਾ ਕਿ ਇਨਸੀਡੈਂਸਸ ਵਧ ਰਹੇ ਨੇ ਇਸ ਸਾਲ ਮੈਂ ਚਾਹਾਂਗਾ ਕਿ ਤੁਸੀਂ ਧਿਆਨ ਨਾਲ ਥੋੜਾ ਜਿਹਾ ਡਾਟਾ ਦੇਖੋ ਕਿ ਡਾਟਾ ਸਾਡੇ ਸਾਹਮਣੇ ਆ ਰਿਹਾ ਹੈਗਾ ਮੇਰੇ ਕੋਲ ਪਰਸੋਂ 14 ਤਰੀਕ ਤੱਕ ਦਾ ਡਾਟਾ ਹੈਗਾ 14 ਤਰੀਕ ਤੱਕ 39 ਲੱਖ ਮੀਟ्रिक टन ਰਾਈਸ ਪੈਦੀ ਸਾਡੀ ਮੰਡੀਆਂ ਚ ਆ ਗਈ ਸੀ ਇਨ ਕੰਪੈਰੀਜ਼ਨ ਟੂ ਥੈਟ ਜਿਹੜਾ 2019 ਦੇ ਵਿੱਚ 18 ਲੱਖ ਮੀਟਰਿਕ ਟਨ ਜਿਹੜੀ ਸਾਡੀ ਪਰਾਲੀ ਆਈ ਸੀ ਥੈਟ ਮੀਨਸ ਸਾਡੀ ਡਬਲ ਤੋਂ ਵੀ ਜ਼ਿਆਦਾ ਹੈਗੀ ਹੈ ਤੇ ਕਾਰਸਪੋਂਡਿੰਗਲੀ ਜਿਹੜੇ ਇਨਸੀਡੈਂਸਿਸ ਰਿਪਾਇਰ ਦੇ ਉਹ ਉਹਨੇ ਨਹੀਂ ਵਧੇ ਜਿਨੇ ਝੋਨਾ ਸਾਡਾ ਸਾਡਾ ਮੰਡੀਆਂ ਚ ਆਇਆ ਹੈਗਾ ਸਾਡੀ ਕਟਾਈ ਹੋਈ ਹੈਗੀ ਹੈ ਤੋਂ ਮੈਨੂੰ ਇਹ ਲੱਗ ਰਿਹਾ ਹੈ ਕਿ ਸਾਡੀ ਅਗਲੇ ਕੁਝ ਦਿਨਾਂ ਚ ਜਿਹੜੀ ਹੈਗੀ ਹੈ ਝੋਨੇ ਦੀ ਕਟਾਈ ਪੂਰੀ ਹੋ ਜਾਊਗੀ ਤੇ ਜਿਹੜਾ ਟੋਟਲ ਨੰਬਰ ਆਫ ਇਨਸੀਡੈਂਸਿਸ ਹੈਗੇ ਆ ਅਗ ਲਗੰਦੇ ਉਹ ਪਿਛਲੇ ਸਾਲ ਦੇ ਕੰਪੈਰੀਟਿਵਲੀ ਮੈਨੂੰ ਲੱਗਦਾ ਹੈ ਕਿ ਘਟਣਗੇ ਘਟਣਗੇ ਜੀ ਬਿਲਕੁਲ ਸਰ ਤੁਸੀਂ ਤੁਹਾਡੇ ਜਿਵੇਂ ਆਂਕੜੇ ਕਹਿ ਰਹੇ ਨੇ ਕਿ ਪਿਛਲੇ ਸਾਲ ਦੇ ਨਾਲੋਂ ਜਿਹੜੇ ਹੈਗੇ ਆਂਕੜੇ ਘਟ ਆਣਗੇ ਪਰ ਅਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੋਰੀ ਕੀਤੀ ਸੀਗੀ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਹੈਗਾ ਲੁਧਿਆਣਾ ਪੀਏਯੂ ਦੇ ਵਿੱਚ ਜਿਹੜੇ ਸੈਟੇਲਾਈਟ ਦੇ ਰਾਹੀਂ ਆਂਕੜੇ ਜਿਹੜੇ ਪੈੜੀ ਦੀ ਪਰਾਲੀ ਸਾੜਾਂ ਦੇ ਆਂਕੜੇ ਹੁੰਦੇ ਆ ਉਹ ਜਾਰੀ ਕਰਦੇ ਨੇ ਉਹਨਾਂ ਦੇ ਆਂਕੜਿਆਂ ਮੁਤਾਬਿਕ ਪਿਛਲੇ ਸਾਲ 21 ਸਤੰਬਰ ਤੋਂ ਲੈ ਕੇ 12 ਅਕਤੂਬਰ ਦੇ ਵਿੱਚ 700 ਤੋਂ 700 ਦੇ ਕਰੀਬ ਜਿਹੜੇ ਹੈਗੇ ਆ ਇਨਸੀਡੈਂਟ ਸਾਹਮਣੇ ਆਏ ਸੀਗੇ ਪਰ ਇਸ ਸਾਲ 2800 ਤੋਂ ਉੱਤੇ ਆંકੜੇ ਜਿਹੜੇ ਹੈਗੇ ਸਾਹਮਣੇ ਆ ਚੁੱਕੇ ਨੇ ਤੇ 2018 ਦੇ ਵਿੱਚ 500 ਕੁਛ ਸੀਗੇ ਜਿਵੇਂ ਤੁਸੀਂ ਵੀ ਆਪਣੇ ਸਬੋਧਨ ਵਿੱਚ ਕਿਹਾ 2018 ਦੇ ਵਿੱਚ ਕਾਫੀ ਘੱਟ ਆંકੜੇ ਸਾਹਮਣੇ ਆਏ ਸੀਗੇ ਪਰ ਇਸ ਸਾਲ ਪਿਛਲੇ ਸਾਲ ਦੇ ਨਾਲੋਂ ਇਹਨਾਂ ਵੀ ਦਿਨਾਂ ਦੇ ਵਿੱਚ ਚਾਰ ਗੁਣਾ ਜ਼ਿਆਦਾ ਆંકੜੇ ਸਾਹਮਣੇ ਆ ਚੁੱਕੇ ਨੇ ਬੇਸ਼ੱਕ ਉਹ ਜਿਹੜੇ ਆંકੜੇ ਨੇ ਮਾਝੇ ਦੇ ਕੁਝ ਸ਼ਹਿਰਾਂ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਤੋਂ ਬਾਅਦ ਫਿਰੋਜ਼ਪੁਰ ਬਠਿੰਡਾ ਵਾਲੀ ਸਾਈਡ ਮਾਲਵੇ ਦੇ ਵਿੱਚ ਕੁਝ ਸ਼ਹਿਰਾਂ ਦੇ ਵਿੱਚ ਸਾਹਮਣੇ ਜ਼ਿਆਦਾ ਆਏ ਨੇ ਨਾਰਮਲੀ ਸਾਡੀ ਜ ਉਹ ਮਾਰਚ ਨਾਲੋਂ 15 ਦਿਨ ਲੇਟ ਹੁੰਦੀ ਹੈਗੀ ਇਸ ਸਾਲ ਜਿਹੜੀ ਹੈਗੀ ਹੈ ਮੇਰੇ ਕਿਹਾ ਹਫਤੇ ਦੇ ਬਾਅਦ ਸਾਈਮਲਟੈਨਸਲੀ ਸਟਾਰਟ ਹੋ ਗਈ ਹੈ ਇਹ 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 ਇਸ ਦਾ ਕਾਰਨ ਹੈ ਕਿ ਸਾਡੇ ਨੰਬਰ ਆਫ ਇਨਸਟੈਂਸਸ ਜਿਹੜੇ ਵੱਧ ਦਿਖ ਰਹੇ ਨੇ ਪਰ ਮੈਂ ਫੇਰ ਉਹੀ ਕਹਾਂਗਾ ਕਿ ਮੈਨੂੰ ਪੂਰੀ ਉਮੀਦ ਹੈ ਜਿੱਦਾਂ ਦੇ ਅਸੀਂ ਲੋਕਾਂ ਨੂੰ ਅਪਰੋਚ ਕਰ ਰਹੇ ਹਾਂ ਫਾਰਮਰ ਤੱਕ ਜਾ ਰਹੇ ਹਾਂ ਸਰਕਾਰ ਜਾ ਰਹੀ ਹੈ ਸਰਕਾਰ ਸਰਕਾਰੀ ادارے ਫਾਰਮਰ ਤੱਕ ਜਾ ਰਹੇ ਨੇ ਨੰਬਰ ਆਫ ਇਨਸਟੈਂਸਸ ਫਾਇਰ ਦੇ ਇਸ ਸਾਲ ਪਿਛਲੇ ਸਾਲ ਦੇ ਕੰਪੈਰੀਟਿਵਲੀ ਘਟਣ ਸਰ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਤੇ 에ਅਰ ਕੁਆਲਿਟੀ ਇੰਡੈਕਸ ਕਿਸ ਤਰ੍ਹਾਂ ਦਾ ਚੱਲਿਆ ਵਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੇ ਰੁਝਾਨ ਲੱਗ ਰਹੇ ਨੇ ਮੈਂ ਮੈਂ ਫਿਰ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ 에ਅਰ ਕੁਆਲਿਟੀ ਇੰਡੈਕਸ ਜਿਹੜਾ ਹੈਗਾ ਅ ਇਸ ਸਾਲ ਅ ਪਿਛਲੇ ਸਾਲ ਦੇ ਜਦੋਂ ਕੰਪੈਰੀਟਿਵਲੀ ਦੇਖਦੇ ਹੈਗੇ ਆ ਵਿਦਨ ਪੰਜਾਬ ਉਹ ਬਹੁਤ ਇੰਪਰੂਵਡ ਹੈਗਾ ਅਸੀਂ ਸੈਟੀਸਫੈਕਟਰੀ ਦੇ ਨੇੜੇ ਤੇੜੇ ਕੋਪਰੇ ਮੋਡਰੇਟ ਤੋਂ ਸੈਟੀਸਫੈਕਟਰੀ ਤੱਕ ਹੈ ਗਿਆ ਸਾਡਾ ਕਿਤੇ ਵੀ ਅਲਰਟ ਨਹੀਂ ਆਇਆ ਅੱਜ ਦੀ ਡੇਟ ਦੇ ਵਿੱਚ ਤੇ ਜੇ ਤੁਸੀਂ ਇਹ ਰਿਕਾਰਡਿੰਗ ਇੰਟਰੈਕਟ ਦਿੱਲੀ ਦੇ ਨਾਲ ਕੰਪੈਰੀਸ ਕੰਪੈਰੀਸ਼ਨ ਕਰੋ ਤੇ ਮੇਰੇ ਖਿਆਲ ਦਿੱਲੀ ਨੂੰ ਆਪਣੇ ਆਪ ਨੂੰ ਦੇਖਣਾ ਚਾਹੀਦਾ ਜੇ ਤੁਸੀਂ ਪਰਸੋਂ ਦੀ ਇੱਕ ਨਿਊਜ਼ ਆਈਟਮ ਦੇਖੋ ਸਾਡੇ ਜਿਹੜੇ ਮਾਨਯੋਗ এনवायरमेंट ਮਨਿਸਟਰ ਨੇ ਜਵੇਦਕਰ ਸਾਹਿਬ ਉਹਨਾਂ ਨੇ ਇਹ ਕਿਹਾ ਹੈਗਾ ਕਿ ਜੜੀਆਂ ਐਨਸੀਆਰ ਦੇ ਵਿੱਚ ਸਟੇਟ ਪੈ ਰੀਆਂ ਦਿੱਲੀ ਵਿੱਚ ਉਹਨਾਂ ਦਾ ਇੰਪੈਕਟ ਜਿਹੜਾ ਪ੍ਰਾਲੀ ਦੇ ਨੂੰ ਸਾਰਨ ਕਰਕੇ 5% ਤੋਂ ਜ਼ਿਆਦਾ ਨਹੀਂ ਬਾਕੀ 90 ਤੋਂ 95% ਜਿਹੜਾ ਉਹਨਾਂ ਦੇ ਏਕਯੂਆਈ ਉਹਨਾਂ ਦੇ এনवायरमेंट ਤੇ ਜਿਹੜਾ ਇੰਪੈਕਟ ਆ ਉਹਨਾਂ ਦੀ ਆਪਣੀਆਂ ਕਾਰਜ ਕਾਰਜ ਕਾਰਜਗੁਜ਼ਾਰੀਆਂ ਕਰਕੇ ਉਹ 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 ਉਹਨਾਂ ਨੂੰ ਦੇਖਣੀ ਜ਼ਰੂਰੀ ਬਹੁਤ ਜ਼ਰੂਰੀ ਹਨ ਤਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਅੱਗੇ ਪੰਜਾਬ ਦੇ ਉੱਤੇ ਇੱਕ ਮਿੱਥ ਥੋਪਿਆ ਜਾਂਦਾ ਸੀਗਾ ਕਿ ਪੰਜਾਬ ਦੇ ਵਿੱਚ ਜਦੋਂ ਪਰਾਲੀ ਸਾੜਦੇ ਨੇ ਜਾਂ ਹਰਿਆਣਾ ਦੇ ਵਿੱਚ ਸਾੜਦੇ ਨੇ ਉਹਦਾ ਜਿਹੜਾ ਅਸਰ ਹੈਗਾ ਦਿੱਲੀ ਦੇ ਪੋਲੂਸ਼ਨ ਤੇ ਪੈਂਦਾ ਉਹ ਜਿਹੜਾ ਹੈਗਾ ਮਿੱਥ ਹੁਣ ਗਲਤ ਹੁੰਦਾ ਨਜ਼ਰ ਆ ਰਿਹਾ ਹੈ ਇਸ ਸਾਲ ਦੇ ਆંકੜਿਆਂ ਦੇ ਮੁਤਾਬਿਕ ਉਹ ਤਾਂ ਗਲਤ ਹੋ ਹੀ ਰਿਹਾ ਮੈਂ ਤੁਹਾਡੇ ਨਾਲ ਇਹ ਵੀ ਸ਼ੇਅਰ ਕਰਾਂਗਾ 2018 ਚ ਪੋਲੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਜੁਆਇਨ ਕਰਨ ਤੋਂ ਪਹਿਲਾਂ ਬਾਅਦ ਇਮੀਡੀਏਟਲੀ ਮੇਰੇ ਸਾਹਮਣੇ ਪਰਾਲੀ ਦਾ ਮਸਲਾ ਸੀ ਮੈਂ ਇੱਕ ਨੈਸ਼ਨਲ ਇੰਸਟੀਚਿਊਟ ਤੋਂ ਇੱਕ ਪ੍ਰੋਜੈਕਟ ਕਰਵਾਇਆ ਉਸ ਪ੍ਰੋਜੈਕਟ ਤੇ ਹੀ ਅਸੀਂ ਦੇਖਣਾ ਚਾਹੁੰਦੇ ਸੀ ਕਿ ਪੰਜਾਬ ਦਿੱਲੀ ਦਾ এনवायरमेंट ਖਰਾਬ ਕਰਨ ਲਈ AQI ਨੂੰ ਖਰਾਬ ਕਰਨ ਲਈ ਕਿੰਨਾ ਕੰਟ੍ਰਿਬਿਊਟ ਕਰਦਾ ਉਸ ਪ੍ਰੋਜੈਕਟ ਦੇ ਜਿਹੜੇ ਰਿਜ਼ਲਟ ਕਹਿੰਦੇ ਨੇ ਕਿ ਇਹ 12 ਤੋਂ 15% ਤੱਕ ਦੀ ਪੰਜਾਬ ਦੀ ਕੰਟ੍ਰਿਬਿਊਸ਼ਨ ਹੋ ਹੈਗੀ ਹੈ ਇਸ ਤੋਂ ਜ਼ਿਆਦਾ ਨਹੀਂ ਹੈਗੀ ਮੈਂ ਤੁਹਾਡੇ ਨਾਲ ਹੋਰ ਵੀ ਥੋੜਾ ਸਾਂਝਾ ਕਰੂੰਗਾ ਜਿਹੜਾ ਸਾਨੂੰ ਉੱਪਰ ਨਜ਼ਰ ਆਉਂਦਾ ਹੈ ਉਹ ਪ੍ਰਾਇਮਰੀ ਲੇਅਰ ਹੈ ਹਾਂ ਇਹਦੇ ਉੱਤੇ ਇੱਕ ਸੈਕੰਡਰੀ ਲੇਅਰ ਹੁੰਦੀ ਹੈ ਉਹਦੇ ਵਿੱਚ 에ਅਰ ਦੀ ਮੂਵਮੈਂਟ ਹੈ ਪ੍ਰਾਇਮਰੀ 에ਅਰ ਦੀ ਮੂਵਮੈਂਟ ਦੇ ਨਾਲੋਂ ਵੱਖ ਹੋ ਸਕਦੀ ਹੈ ਪ੍ਰਾਇਮਰੀ ਸੈਕੰਡਰੀ ਮੂਵਮੈਂਟ ਤੋਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਦਰਨ ਦਿੱਲੀ ਵੱਲੋਂ ਦਿੱਲੀ ਵਿੱਚ ਐਂਟਰ ਕਰਦੀਆਂ ਤੇ ਉੱਥੇ ਪੋਲੂਟ ਕਰਦੀਆਂ ਹੈਗੀਆਂ ਪਰ ਉੱਥੇ ਇਹ ਵੀ ਜ਼ਰੂਰੀ ਹੈ ਜਦੋਂ ਅਸੀਂ ਅੱਗ ਲਗਾ ਰਹੇ ਹਾਂ ਅੱਗ ਲਗਾ ਕੇ ਜਿਹੜੇ ਕੈਮੀਕਲ ਬਣ ਕੇ ਉੱਡ ਰਹੇ ਨੇ ਉੱਪਰ ਇਹ ਦੇਖਣਾ ਜ਼ਰੂਰੀ ਹੈ ਕਿ ਜੋ ਉਡਾ ਅਸੀਂ ਇੱਥੋਂ ਉਡਾ ਰਹੇ ਹਾਂ ਉਹ ਦਿੱਲੀ ਤੱਕ ਪਹੁੰਚ ਵੀ ਰਿਹਾ ਕਿ ਨਹੀਂ ਇਸ ਲਈ ਇੱਕ ਸਟੱਡੀ ਕਰਨੀ ਹੋਰ ਜ਼ਰੂਰੀ ਹੈ ਇਹ ਸਟੱਡੀ ਕਰਨ ਲਈ ਜਿਹੜਾ ਯੰਤਰ ਹੈ ਅਜੇ ਸਾਡੇ ਕੋਲ ਉਪਲਬਧ ਨਹੀਂ ਹੈ ਅਮਰੀਕਾ ਵਿੱਚ ਉਪਲਬਧ ਹੈ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਉੱਥੋਂ ਦੀ ਕਿਸੇ ਏਜੰਸੀ ਦੇ ਨਾਲ ਤਾਲਮੇਲ ਕਰਕੇ ਇਹੋ ਜਿਹਾ ਐਕਸਪੈਰੀਮੈਂਟ ਵੀ ਇਹੋ ਜਿਹੀ ਸਟੱਡੀ ਵੀ ਕਰਾ ਕੇ ਦੇਖ ਲਈ ਜਾਵੇ ਜਿਸ ਦੇ ਨਾਲ ਸਾਨੂੰ ਇਹ ਪਤਾ ਲੱਗ ਲੱਗ ਸਕੇ ਕਿ ਜੋ ਅਸੀਂ ਜਲਾ ਕੇ ਇਥੋਂ ਸੈਕੰਡਰੀ ਲੇਅਰ ਚ ਭੇਜ ਰਹੇ ਹਾਂ ਉਹ ਸੈਕੰਡਰੀ ਲੇਅਰ ਚ ਜਦੋਂ ਦਿੱਲੀ ਚ ਐਂਟਰ ਕਰਦਾ ਹੈ ਉਹੀ ਚੀਜ਼ਾਂ ਨੇ ਇਹ ਕੁਝ ਹੋਰ ਹੈ ਇਹ ਦੇਖਣਾ ਬਹੁਤ ਜ਼ਰੂਰੀ ਹੈ ਸਰ ਮੇਰਾ ਹੁਣ ਇੱਕ ਲਾਸਟ ਕੁਸਚਨ ਹੈ ਕਿ ਕਿਸਾਨਾਂ ਨੂੰ ਕੀ ਅਪੀਲ ਕਰਦੇ ਹੋ ਕਿਉਂਕਿ ਤੁਸੀਂ ਕਿਹਾ ਕਿ ਹਾਂ ਵੀ ਤੁਹਾਨੂੰ ਉਮੀਦ ਹੈ ਕਿ ਇਸ ਸਾਲ ਜਿਹੜੇ ਆંકੜੇ ਨੇ ਪਿਛਲੇ ਸਾਲਾਂ ਦੇ ਨਾਲੋਂ ਕਾਫੀ ਘੱਟ ਆਣਗੇ ਫਿਰ ਵੀ ਕਿਸਾਨਾਂ ਨੂੰ ਕੀ ਅਪੀਲ ਹੈ ਕਿਉਂਕਿ ਹਜੇ ਵੀ ਕਟਾਈ ਚੱਲ ਰਹੀ ਹੈ ਤੇ ਜਿਹੜੀ ਪਰਾਲੀ ਸਾੜਨ ਦੇ ਇਨਸੀਡੈਂਟ ਜੋ ਥੋੜੇ-ਬੋਤੇ ਸਾਹਮਣੇ ਆ ਰਹੇ ਨੇ ਹੁਣ ਨੂੰ ਕੀ ਅਪੀਲ ਕਰਦੇ ਹੋ ਮੈਂ ਕਿਸਾਨ ਵੀਰਾਂ ਨੂੰ ਇਹੀ ਅਪੀਲ ਕਰਨੀ ਚਾਹੂੰਗਾ ਕਿ ਅੱਗ ਲਾ ਕੇ ਇੱਕ ਤਾਂ ਸੀ এনਵਾਇਰਨਮੈਂਟ ਆਪਣਾ ਖਰਾਬ ਕਰ ਰਹੇ एनवायरनमेंट ਜਦੋਂ ਖਰਾਬ ਹੁੰਦਾ ਸਾਡੀ ਸਿਹਤ ਖਰਾਬ ਹੁੰਦੀ ਹੈ ਜਿਹੜਾ ਕੋਵਿਡ-19 ਦਾ ਪੈਂਡੈਮਿਕ ਚੱਲਿਆ ਹੋਇਆ ਇਹ ਸਾਡੇ ਲੰਗਸ ਦੇ ਉੱਤੇ ਇੰਪੈਕਟ ਕਰਦਾ ਤੇ ਜਦੋਂ ਅ ਅ ਪਰਾਲੀ ਨੂੰ ਅੱਗ ਲਾਣੇ ਤੂਏ ਨਾਲ ਵੀ ਸਾਡੇ ਲੰਗਸ ਤੇ ਇੰਪੈਕਟ ਹੋ ਸਕਦਾ ਇਹ ਇਹਦਾ ਕਯੂਮੂਲੇਟਿਵ ਇਫੈਕਟ ਸਾਡੇ ਲਈ ਜਿਆਦਾ ਡੇਂਜਰਸ ਹੋ ਸਕਦਾ ਤੇ ਸਾਡੇ ਭਰਾਵਾਂ ਨੂੰ ਅ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਤੇ ਦੂਸਰੀ ਜਿਹੜੀ ਮੈਂ ਗੱਲ ਕਹਿਣੀ ਚਾਹੂੰਗਾ ਇਹ ਅੱਗ ਲਗਾਉਣ ਦੇ ਨਾਲ ਸਿਰਫ এনवायरमेंट ਦਾ ਨੁਕਸਾਨ ਨਹੀਂ ਕਰ ਰਹੇ ਉਹ ਆਪਣੀ ਧਰਤੀ ماں ਦਾ ਵੀ ਨੁਕਸਾਨ ਕਰ ਰਹੇ ਨੇ ਜਿਹੜੇ ਸਾਡੇ ਯੂਥਫੁਲ ਜਵਾਨੋ ਨੇ ਧਰਤੀ 'ਚ ਅੱਗ ਲੱਗਣ ਤੋਂ ਬਾਅਦ ਉਹ ਜਲ ਜਾਂਦੇ ਨੇ ਮਰ ਜਾਂਦੇ ਨੇ ਤੇ ਉਹਨਾਂ ਦੀ ਐਕਟੀਵਿਟੀ ਜ਼ੀਰੋ ਹੋ ਜਾਂਦੀ ਹੈ ਅਸੀਂ ਮੈਂ ਕਈ ਵਾਰ ਕਈ ਜਗ੍ਹਾ ਤੇ ਕਹਿ ਚੁੱਕਾ ਹਾਂ ਕਿ ਅਸੀਂ ਪਿਛਲੇ 60 ਸਾਲਾਂ ਵਿੱਚ ਇੱਕ ਮੋਨੋਕਲਚਰ ਦੇ ਚੱਕਰ 'ਚ ਕਣਕ ਝੋਨਾ ਝੋਨੇ ਤੋਂ ਬਾਅਦ ਫਿਰ ਕਣਕ ਉਹਦੇ ਵਿੱਚ ਅਸੀਂ ਆਪਣੀ ਧਰਤੀ ਮਾਂ ਦਾ ਬਹੁਤ ਨੁਕਸਾਨ ਕਰ ਲਿਆ ਉਹਦੇ ਵਿੱਚ ਉਹਦੀ ਜਿਹੜੀ ਕੰਪੋਜੀਸ਼ਨ ਆ ਉਹਦੇ ਵਿੱਚ ਬਹੁਤ ਜਿਹੜੇ ਜ਼ਰੂਰੀ ਤੱਤ ਸੀ ਉਹ ਖਤਮ ਕਰ ਲਏ ਸਾਨੂੰ ਲੋੜ ਹੈ ਕਿ ਅਸੀਂ ਉਹਨਾਂ ਨੂੰ ਦੁਬਾਰਾ ਰੀਬਿਲਡ ਕਰੀਏ ਰੀਬਿਲਡ ਤਾਂ ਹੀ ਹੋਣਗੇ ਇਹ ਜਦੋਂ ਇੱਕ ਫਸਲ ਉਗਦੀ ਹੈ ਫਸਲ ਦੇ ਚੋਂ ਕੁਝ ਚੀਜ਼ਾਂ ਸਾਡੇ ਵਰਤੋਂ 'ਚ ਆ ਜਾਂਦੀਆਂ ਜਿਹੜੀਆਂ ਵਰਤੋਂ 'ਚ ਨਹੀਂ ਆਉਂਦੀਆਂ ਉਹਨਾਂ ਨੂੰ ਧਰਤੀ ਮਾਂ ਦਾ 파ਟ ਬਣਾਉਣਾ ਸਾਡਾ ਫਰਜ਼ ਹੈ ਕਿਸਾਨ ਵੀਰ ਮੇਰੇ ਇਸ ਮੈਸੇਜ ਨੂੰ ਲੈਣ ਤੇ ਕੋਸ਼ਿਸ਼ ਕਰਨ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅੱਗ ਨਾ ਲਗਾਣ ਤਾਂ ਕਿ ਇੱਕ ਵਾਤਾਵਰਨ ਇੱਕ ਜਿਹੜੀ ਸਾਡੀ ਧਰਤੀ ਹੈ ਉਹਨੂੰ ਅਸੀਂ ਬਚਾ ਸਕੀਏ ਜਿਹੜੇ ਲੋਕ ਇਦਾਂ ਦੇ ਕਰਦੇ ਨੇ ਉਹਨਾਂ ਦੇ ਵਾਸਤੇ ਕਾਰਵਾਈ ਵੀ ਦਾ ਵੀ ਲਗਾਤਾਰ ਚੱਲ ਰਿਹਾ ਹੈ ਆਪਣੇ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਕਾਰਵਾਈ ਹੋ ਰਹੀ ਹੈ ਕੁਝ ਜਿਹੜੇ ਡਿਫਾਲਟਰਸ ਨੇ ਉਹਨਾਂ ਦੇ ਪੈਨਲਟੀਆਂ ਲੱਗ ਰਹੀਆਂ ਕੁਝ ਡਿਫਾਲਟਰ ਅੱਗ ਲਗਾ ਕੇ ਬੰਨ ਰਹੇ ਨੇ ਕੁਝ ਜਿਹੜੇ ਐਸਐਮਐਸ ਜਿਨ੍ਹਾਂ ਨੇ ਕਮਬਾਈਂ ਦੇ ਪਿੱਛੇ ਨਹੀਂ ਲਗਾਇਆ ਉਹ ਬਨ ਰਹੇ ਨੇ ਇਹਨਾਂ ਤੇ ਫਾਈਨ ਵੀ ਹੋ ਰਹੇ ਨੇ ਇਹਨਾਂ ਤੇ ਰੈਡ ਐਂਟਰੀਜ਼ ਵੀ ਹੋ ਰਹੀਆਂ ਇਹ ਸਾਰਾ ਕੁਝ ਚੱਲ ਰਿਹਾ ਪਰ ਮੇਰਾ ਮੇਰਾ ਦਿਲ ਨਹੀਂ ਚਾਹਦਾ ਕਿ ਇਹਨਾਂ ਤੇ ਪੈਨਲਟੀਆਂ ਲਗਣ ਮੈਂ ਤਾਂ ਇਹ ਚਾਹੂੰਗਾ ਕਿ ਕਿਸਾਨ ਵੀਰ ਅੱਗ ਨਾਲ ਲੜਨ ਤੇ ਸਰਕਾਰ ਦਾ ਸਾਥ ਦੇਣ ਤੇ ਆਪਣੀ ਧਰਤੀ ਵਾਤਾਵਰਣ ਤੇ ਇਸ ਪੈਂਡੈਮਿਕ ਨੂੰ ਕੰਟਰੋਲ ਕਰਨ 'ਚ ਆਪਣਾ ਪੂਰਾ ਪੂਰਾ ਸਹਿਯੋਗ ਦੇ ਜੀ ਬਿਲਕੁਲ ਐਸੀ ਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਜਿਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਇਸ ਸਾਲ ਉਹਨਾਂ ਨੂੰ ਉਮੀਦ ਹੈ ਕਿ ਪਿਛਲੇ ਸਾਲ ਦੇ ਨਾਲੋਂ ਪ੍ਰਾਲੀ ਸਾੜਾਂ ਦੇ ਇਨਸੀਡੈਂਟਾਂ ਦੇ ਵਿੱਚ ਬਹੁਤ ਕਟੌਤੀ ਹੋਏਗੀ ਤੇ ਦੂਜੇ ਪਾਸੇ ਦਿੱਲੀ ਦੇ ਵਾਤਾਵਰਣ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਾਤਾਵਰਣ ਖਰਾਬ ਹੋਣ ਦੇ ਵਿੱਚ ਪੰਜਾਬ ਦਾ ਜਿਹੜਾ ਸ਼ੇਅਰ ਹੈ ਬਹੁਤ ਘੱਟ ਹੈ ਜਿਹੜੇ ਪਿਛਲੇ ਸਮੇਂ ਦੇ ਵਿੱਚ ਮਿੱਥ ਬਣਿਆ ਹੋਇਆ ਸੀਗਾ ਕਿ ਪੰਜਾਬ ਦਾ ਵਾਤਾਵਰਣ ਜਿਹੜਾ ਹੈਗਾ ਪੰਜਾਬ ਪ੍ਰਾਲੀ ਸਾੜਾਂ ਦੇ ਇਨਸੀਡੈਂਟ ਦਿੱਲੀ ਦਾ ਵਾਤਾਵਰਣ ਖਰਾਬ ਕਰਦੇ ਨੇ ਉਹ ਜਿਹੜੇ ਤੱਥ ਨੇ ਗਲਤ ਸਾਬਤ ਹੁੰਦੇ ਨਜ਼ਰ ਆ ਰਹੇ ਨੇ ਪਿਛਲੇ ਕੁਝ ਸਾਲ ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕਾ ਦੈਨਿਕ ਸੋਰਾ ਟੀਵੀ ਖਿਆਰਾਬੇਟ ਲੁਧਿਆਣਾ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटे विच समाधान फ्री फ्री फ्री, फ्री मियां रफीक मोहम्मद मोबाइल 8437494647 8437494648